ਖਬਰ ਪੜਤਾਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਜੇ ਮੋਰਿਆ। ਕਰਨਾਟਕਾ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਈ ਵੋਲਟੇਜ ਡਰਾਮੇ ਦੇ ਵਿੱਚ ਜਿਹਦੇ 'ਚ ਬੀਜੇਪੀ ਸਰਕਾਰ ਹਾਰ ਗਈ ਹੈ, ਉਸ ਤੋਂ ਬਾਅਦ ਇੱਕਦਮ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਅਧਿਕਸ਼, ਜਿਨ੍ਹਾਂ ਨੇ ਤਾਬੜ ਤੋੜ ਅੱਜ ਪ੍ਰਧਾਨ ਮੰਤਰੀ ਦੇ ਹਮਲੇ ਕੀਤੇ ਹੈ, ਉਸ ਸੰਬੰਧ 'ਚ ਗੱਲ ਕਰਾਂਗੇ। ਇਸ ਸੰਬੰਧ ਦੇ ਵਿੱਚ ਗੱਲ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੁਰਿੰਦਰ ਡੱਲਾ, ਸੀਨੀਅਰ ਪੱਤਰਕਾਰ। ਡੱਲਾ ਸਾਹਿਬ, ਅੱਜ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਮਤ ਪ੍ਰੀਖਸ਼ਣ ਦੀ ਪਲੈਨਿੰਗ ਹੋਈ ਔਰ ਉਹਦੇ 'ਚ ਹਾਰ ਹੋ ਗਈ, ਉਸ ਤੋਂ ਬਾਅਦ ਰਾਹੁਲ ਗਾਂਧੀ ਇੱਕਦਮ ਅਟੈਕਿੰਗ ਹੋ ਗਏ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਉਹਨਾਂ ਨੇ ਕੀ ਆਰੋਪ ਅੱਜ ਲਗਾਏ ਉਹਨਾਂ ਦੇ? ਦੇਖੋ, ਬਹੁਤ ਵਧੀਆ ਤੁਸੀਂ ਮੋਹਰਾ ਸਾਹਿਬ ਸ਼ੁਰੂ 'ਚ ਇਸ ਪ੍ਰੋਗਰਾਮ ਦੇ ਸਵਾਲ ਕੀਤਾ। ਰਾਹੁਲ ਗਾਂਧੀ ਬਹੁਤ ਜ਼ਿਆਦਾ ਅਟੈਕਿੰਗ ਨਜ਼ਰ ਆਏ। ਦੇਖੋ, ਯੇਦੁਰੱਪਾ ਨੇ ਅਸਤੀਫਾ ਦਿੱਤਾ, ਇਹਦਾ ਮਤਲਬ ਇਹ ਗੱਲ ਸਾਫ਼ ਹੋ ਗਈ ਕਿ ਜਿਹੜੀ ਉਹ 104 ਵਿਧਾਇਕਾਂ ਦੀ ਚਿੱਠੀ ਦੇ ਕੇ ਆਇਆ ਸੀ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ, ਉਹ ਸਿਰਫ ਇਸ ਆਸ 'ਤੇ ਦੇ ਕੇ ਆਇਆ ਸੀ ਕਿ ਮੈਨੂੰ 10-15 ਦਿਨ ਦਾ ਵਕਤ ਮਿਲ ਗਿਆ ਅਤੇ ਮੈਂ ਢਾਹ ਭੰਨ ਕਰ ਲੂੰਗਾ, ਪੈਸੇ ਪੂਸੇ ਆਪਾਂ ਕਾਂਗਰਸ ਵਾਲੇ ਵਿਧਾਇਕਾਂ ਨੂੰ ਤੋੜ ਦਿਆਂਗੇ, ਜਾਂ ਉਹਨਾਂ ਨੂੰ ਕੰਮ ਦਾ ਲਾਲਚ ਦੇ ਦਿਆਂਗੇ, ਜਾਂ ਪੁਲਿਸ ਦੀ ਸਖਤੀ ਵਰਤ ਲਾਂਗੇ, ਕਿਉਂਕਿ ਸਰਕਾਰ ਤਾਂ ਸਾਡੀ ਹੋਣੀ ਹੈ ਅਤੇ ਵਿਧਾਇਕ, ਬਹੁਤੇ ਵਿਧਾਇਕ ਤਾਂ ਵਿਚਾਰੇ ਸਾਊ ਹੀ ਹੁੰਦੇ ਨੇ। ਸੋ ਤੋੜ ਭੰਨ ਦੀ ਨੀਤੀ ਸੀ, ਔਰ ਉਹਨੂੰ ਇਹ ਸੀਗਾ ਵੀ ਮੇਰੇ ਸਿਰ 'ਤੇ ਹੱਥ ਹੈਗਾ ਮੋਦੀ ਸਾਹਿਬ ਦਾ, ਅਮਿਤ ਸ਼ਾਹ ਦਾ ਮੇਰੇ ਉੱਤੇ ਹੱਥ ਹੈ, ਸਾਡੀ ਕੇਂਦਰ 'ਚ ਸਰਕਾਰ ਹੈ, ਅਤੇ ਵਿਧਾਇਕਾਂ ਦੀ ਕੀ ਹਿੰਮਤ ਹੈ ਕਿ ਉਹ ਸਾਨੂੰ ਸਮਰਥਨ ਨਾ ਦੇਣ? ਇਹ ਮਨਸ਼ਾ ਹੋਣੀ ਹੈ। ਤਾਂ ਹੀ ਭਾਵੁਕ ਹੋ ਕੇ ਰੋਣ ਹੱਕਾ ਹੋ ਗਿਆ ਸੀ ਅਖੀਰ 'ਚ ਯੇਦੁਰੱਪਾ, ਜਦੋਂ ਯੇਦੁਰੱਪਾ ਨੇ ਆਪਣੀ ਗੱਲ ਕੀਤੀ ਕਿ ਮੈਂ ਅਸਤੀਫਾ ਦੇਣ ਜਾ ਰਿਹਾ। ਔਰ ਰਾਹੁਲ ਗਾਂਧੀ ਨੇ ਜਿਹੜਾ ਇੱਕ ਬਹੁਤ ਵੱਡਾ ਪੁਆਇੰਟ ਅੱਜ ਚੱਕਿਆ, ਮੈਂ ਕਹੂੰਗਾ ਪੂਰੇ ਮੁਲਕ ਨੇ ਅੱਜ ਇਹ ਲਾਈਵ ਦੇਖਿਆ, ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲਾਈਵ ਸਾਰੇ ਚੈਨਲਾਂ ਨੇ ਇਹਨੂੰ ਵਿਖਾਇਆ, ਹਾਲਾਂਕਿ ਉਹ ਕਹਿੰਦੇ ਨੇ ਕਿ ਅਸੀਂ ਪਹਿਲਾਂ ਹੀ ਇਹਨੂੰ ਲਾਈਵ ਕਰਨ ਲੱਗੇ ਸੀ। ਸਿਆਸਤ ਨੇ ਰਾਸ਼ਟਰਗਾਨ ਦੀ ਕਦਰ ਘਟਾ ਦਿੱਤੀ ਅੱਜ। ਯੇਦੁਰੱਪਾ ਨੇ ਸਾਡੇ ਜਿਹੜੇ ਇੰਸਟੀਚਿਊਟਸ ਨੇ ਬੀਜੇਪੀ ਨੇ, ਉਹਨਾਂ ਦੀ ਵੀ ਕਿਤੇ ਨਾ ਕਿਤੇ ਕਦਰ ਘਟਾਈ ਹੈ ਜੋ ਇਲਜ਼ਾਮ ਲਾਏ ਨੇ ਰਾਹੁਲ ਗਾਂਧੀ ਨੇ ਅੱਜ। ਮੈਨੂੰ ਇਹ ਲੱਗਦਾ ਕਿ ਬੀਜੇਪੀ ਦੇ ਇਤਿਹਾਸ ਦੇ ਵਿੱਚ ਅੱਜ ਸਭ ਤੋਂ ਮਾੜਾ ਦਿਨ ਹੋਣਾ, ਜਦੋਂ ਬੀਜੇਪੀ ਅਫਸੋਸ ਮਨਾ ਰਹੀ ਹੋਣੀ ਹੈ ਕਿ ਅਸੀਂ ਭਰਿੰਡਾਂ ਦੇ ਛੱਤੇ ਦੇ ਵਿੱਚ ਹੱਥ ਪਾਲਿਆ ਅਤੇ ਹੱਥ 'ਤੇ ਮੋਮੀ ਲਿਫਾਫਾ ਵੀ ਨਹੀਂ ਚੜਾਇਆ, ਜਿਵੇਂ ਸਾਡੇ ਪਿੰਡਾਂ 'ਚ ਸ਼ਹਿਦ ਕੱਢਣ ਲੱਗੇ ਲੋਕ ਚੜਾ ਲੈਂਦੇ ਆ। ਭਾਵ ਸਮਝ ਹੋਣੀ, ਰਾਜਨੀਤਿਕ ਸਮਝ ਹੋਣੀ ਬਹੁਤ ਜ਼ਰੂਰੀ ਹੈ। ਅੱਖਾਂ ਬੰਦ ਕਰਕੇ ਅਸੀਂ ਜੇ ਵਿਰੋਧੀ ਨੂੰ ਕਮਜ਼ੋਰ ਸਮਝਾਂਗੇ ਤਾਂ ਫਿਰ ਉਹਦੇ ਨਾਲ ਸਾਡੀ ਜੱਗ ਹਸਾਈ ਹੋਣੀ ਹੈ, ਔਰ ਬੀਜੇਪੀ ਨੇ ਅੱਜ ਆਪਣੀ ਜੱਗ ਹਸਾਈ ਕਰਾ ਲਈ। ਔਰ ਰਾਹੁਲ ਗਾਂਧੀ ਨੂੰ ਐਡਾ ਵੱਡਾ ਮੌਕਾ ਮਿਲ ਗਿਆ, ਹਾਲਾਂਕਿ ਰਾਹੁਲ ਗਾਂਧੀ ਕੋਈ ਬਹੁਤ ਵੱਡੇ ਧੁਰੰਧਰ ਰਾਜਨੀਤੀ ਦੇ ਨਹੀਂ ਹੈ, ਪਰ ਅੱਜ ਭਾਰਤ ਦੀ ਰਾਜਨੀਤੀ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਰਾਹੁਲ ਗਾਂਧੀ ਇੱਕ ਲੀਡਰ ਦੇ ਤੌਰ 'ਤੇ ਸਥਾਪਿਤ ਹੋ ਗਿਆ, ਜਦੋਂ ਉਹਨਾਂ ਨੇ ਵੱਡੀਆਂ ਵੱਡੀਆਂ ਗੱਲਾਂ ਕਹੀਆਂ। ਨਰਿੰਦਰ ਮੋਦੀ ਨੂੰ ਸਾਫ਼ ਕਿਹਾ ਰਾਹੁਲ ਗਾਂਧੀ ਨੇ ਕਿ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਖਰੀਦਣਾ ਚਾਹੁੰਦੀ ਸੀ ਵਿਧਾਇਕਾਂ ਨੂੰ, ਅਤੇ ਕਰਪਸ਼ਨ ਦੇ ਖਿਲਾਫ਼ ਲੜਾਈ ਦੀ ਬੀਜੇਪੀ ਗੱਲ ਕਰਦੀ ਹੈ। ਹਾਲੇ ਤੱਕ ਬੀਜੇਪੀ 'ਤੇ ਕੋਈ ਦਾਗ ਨਹੀਂ ਸੀ ਕਰਪਸ਼ਨ ਦਾ, ਸਿੱਧੇ ਸਿੱਧੇ 4-4.5 ਸਾਲ ਦੀ ਸਰਕਾਰ ਮੌਰੀਆ ਸਾਹਿਬ ਹੋ ਗਈ ਨਰਿੰਦਰ ਮੋਦੀ ਦੀ, ਪਰ ਇਸ ਘਟਨਾਕ੍ਰਮ ਨੇ ਬੀਜੇਪੀ ਦੀ ਨੀਤ 'ਤੇ ਸਵਾਲ ਖੜ੍ਹੇ ਕਰ ਦਿੱਤੇ ਕਿ ਬੀਜੇਪੀ ਓਡੀ ਦੁੱਧ ਧੋਤੀ ਨਹੀਂ ਹੈ ਜਿੱਡੀ ਲੱਗਦੀ ਹੈ। ਇਹ ਰਾਹੁਲ ਗਾਂਧੀ ਨੇ ਵੀ ਕਿਹਾ, ਅੱਜ ਬਹੁਤ ਸਾਰੇ ਬੁੱਧੀਜੀਵੀ ਵੀ ਇਹ ਗੱਲ ਕਹਿ ਰਹੇ ਨੇ ਕਿ ਤੁਸੀਂ 15 ਦਿਨ ਦਾ ਵਕਤ ਮਿਲਿਆ, ਤੁਹਾਡੇ ਕੋਲ 104 ਤੋਂ ਵੱਧ ਵਿਧਾਇਕ ਹੈ ਨਹੀਂ, ਅਤੇ ਤੁਸੀਂ ਭੱਜੇ ਫਿਰਦੇ ਹੋ ਗਵਰਨਰ ਸਾਹਿਬ ਕੋਲ ਕਿ ਸਾਡੀ ਸਰਕਾਰ ਬਣਾਓ, ਸਾਡੀ ਸਰਕਾਰ ਬਣਾਓ, ਅਤੇ ਦੋ ਵਾਰੀ ਤੁਸੀਂ ਮਿਲ ਕੇ ਆਏ ਹੋ ਗਵਰਨਰ ਸਾਹਿਬ ਨੂੰ, ਅਤੇ ਉੱਥੇ ਤੁਹਾਡੀ ਜਾ ਕੇ ਹਵਾ ਨਿਕਲ ਗਈ ਵਿਧਾਨ ਸਭਾ ਦੇ ਪਟਲ ਦੇ ਉੱਤੇ, ਅਤੇ ਤੁਸੀਂ ਵਿਧਾਨ ਦੇ ਵਿੱਚ ਤੁਸੀਂ ਵੇਖੋ ਕਿ ਵੋਟ ਆਫ ਕੌਨਫੀਡੈਂਸ ਲਈ ਨਹੀਂ ਗਿਆ ਯੇਦੁਰੱਪਾ, ਜਿਹੜਾ ਲਗਾਤਾਰ ਹਰ ਮੰਚ 'ਤੇ ਕਹਿ ਰਿਹਾ ਸੀ ਕਿ 15 ਮਈ ਨੂੰ ਮੈਂ ਸਹੁੰ ਚੱਕ ਲੂੰਗਾ, ਅਤੇ ਸਵੇਰੇ ਮੈਂ ਦੇਖ ਰਿਹਾ ਸੀ ਵਿਧਾਨ ਸਭਾ ਦੀ ਕਾਰਵਾਈ, ਜਦੋਂ ਸਾਰੇ ਵਿਧਾਇਕ ਵਿਧਾਨ ਸਭਾ 'ਚ ਆਏ, ਕੱਲਾ ਵਿਧਾਇਕ ਬੀਜੇਪੀ ਦਾ ਉਹ ਬੱਸ 'ਚ ਬੈਠਾ ਵਿਕਟਰੀ ਬਣਾਈ ਜਾਂਦਾ ਸੀ, ਯੇਦੁਰੱਪਾ ਦੋ ਦੋ ਹੱਥਾਂ ਨਾਲ ਵੀ ਬਣਾਈ ਜਾਂਦਾ ਸੀ। ਸੋ ਇਸ ਕਰਕੇ, ਔਰ ਵੋਟ ਆਫ ਕੌਨਫੀਡੈਂਸ ਲਈ ਨਹੀਂ ਗਿਆ ਵੀ, ਘੱਟੋ ਘੱਟ ਅਗਰ ਤੁਸੀਂ ਐਡੇ ਵੱਡੇ ਲੀਡਰ ਆਪਣੇ ਆਪ ਨੂੰ ਸਮਝਦੇ ਹੋ, ਤੁਸੀਂ ਵੱਡੇ ਵੱਡੇ ਟੈਲੀਵਿਜ਼ਨ 'ਤੇ ਦਾਅਵੇ ਕਰਦੇ ਹੋ ਕਿ ਮੈਨੂੰ ਕੋਈ ਹਰਾ ਨਹੀਂ ਸਕਦਾ,
ਕਰਨਾਟਕਾ ਦੇ ਵਿੱਚ ਅਤੇ ਵੋਟ ਆਫ ਕੰਫੀਡੈਂਸ ਲਈ ਅਜਿਹੇ ਲੀਡਰ ਨੂੰ ਜ਼ਰੂਰ ਜਾਣਾ ਚਾਹੀਦਾ ਸੀ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਹੁੰਦਾ ਨਾ, ਪਤਾ ਲੱਗਦਾ ਨਾ ਕੀ ਪਤਾ 104 ਵੀ ਯਦੂਯੁਰੱਪਾ ਨਾ ਹੁੰਦੇ ਅਤੇ ਮੁੜ ਕੇ 60 ਨਿਕਲਦੇ। BJP ਵਾਲੇ ਵੀ ਅੰਦਰੋਂ ਨਾਰਾਜ਼ ਹੁੰਦੇ ਕਿ ਮੋਦੀ ਸਾਹਿਬ ਕਰਪਸ਼ਨ ਦੇ ਇਲਜ਼ਾਮਾਂ ਤੋਂ ਬਾਅਦ ਜਿਹੜਾ ਪਾਰਟੀ ਛੱਡ ਕੇ ਗਿਆ ਸੀ ਤੁਸੀਂ ਫਿਰ ਸਾਡੇ ਸਿਰ 'ਤੇ ਬਿਠਾਤਾ। ਸੋ BJP ਦੀ ਬਹੁਤ ਵੱਡੀ ਗਲਤੀ ਰਹੀ ਹੈ। ਇਹ ਠੀਕ ਉਸੇ ਤਰ੍ਹਾਂ ਅੱਜ ਹੋ ਗਿਆ ਜਿਵੇਂ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ ਜਿਹੜੇ DMK ਵਾਲੇ ਹੁੰਦੇ ਸੀ ਉਹਨਾਂ ਨੇ ਕਈ ਘੁਟਾਲੇ ਕਰਤੇ, ਕਲਮਾੜੀ ਸਾਹਿਬ ਨੇ ਉਦੋਂ ਘੁਟਾਲਾ ਕਰਤਾ ਸੀਗਾ ਬਿਲਕੁਲ ਖੇਡਾਂ ਦਾ, ਉਸੇ ਤਰੀਕੇ ਦਾ ਕਲੰਕ BJP ਦੇ ਸਿਰ 'ਤੇ ਮੈਂ ਮੰਨਦਾ ਲੱਗ ਗਿਆ। BJP ਤੋਂ ਬਹੁਤ ਆਸਾਂ ਨੇ, ਆਸ ਕਰਾਂਗੇ BJP ਇਸ ਕਲੰਕ ਨੂੰ ਮਿਟੇਗੀ ਔਰ ਸਾਫ਼ ਸੁਥਰੀ ਰਾਜਨੀਤੀ 'ਚ ਅੱਗੇ ਵਧੇਗੀ। ਔਰ ਰਾਹੁਲ ਗਾਂਧੀ ਨੇ ਇੰਸਟੀਚਿਊਟ 'ਤੇ ਕਬਜ਼ਾ ਕੀਤਾ, BJP ਦੀ ਸਰਕਾਰ ਨੇ ਇਹ ਵੀ ਇਲਜ਼ਾਮ ਲਾਤੇ ਕਿ ਇੰਸਟੀਚਿਊਟ ਸਾਡੇ ਆਜ਼ਾਦ ਨਹੀਂ ਹੈ, ਸਾਡੇ ਸੰਵਿਧਾਨਿਕ ਅਹੁਦੇ ਨੇ ਜਿਹੜੇ ਉਹ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਹੇ। ਔਰ ਨੈਤਿਕਤਾ ਦੇ ਆਧਾਰ 'ਤੇ ਉਸ ਗਵਰਨਰ ਨੂੰ ਵੀ ਬਿਜੂ ਭਾਈ ਪਟੇਲ ਜਿਹੜੇ ਮਾਫ਼ ਕਰਨਾ, ਅਗਰ ਪਟੇਲ ਨਹੀਂ ਤਾਂ ਵਿਜੂ ਭਾਈ ਜਿਨ੍ਹਾਂ ਦਾ ਨਾਮ ਹੈ ਜੀ, ਉਹ ਮੋਦੀ ਸਾਹਿਬ ਦੀ ਵਜ਼ਾਰਤ 'ਚ ਮੰਤਰੀ ਸੀ, ਉਹਨਾਂ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਵੀ ਤੁਹਾਡੇ ਫੈਸਲੇ ਨੂੰ ਸੁਪਰੀਮ ਕੋਰਟ ਦੇ 3 ਜੱਜਾਂ ਨੇ ਜਦੋਂ ਸੁਣਿਆ ਅਤੇ ਉਹਦੀ ਹਵਾ ਕੱਢ ਕੇ ਰੱਖਤੀ ਅਤੇ ਗਵਰਨਰ ਸਾਹਿਬ ਹੁਣ ਤੁਹਾਡੇ ਡਿਸੀਜ਼ਨ ਦੀ ਇੱਜ਼ਤ ਕੀ ਰਹਿ ਗਈ। ਸੋ ਗਵਰਨਰਾਂ ਨੂੰ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਨੇ। ਸਾਡੇ ਮੁਲਕ 'ਚ ਐਡੀ ਵੱਡੀ ਇੱਜ਼ਤ ਹੈ ਗਵਰਨਰ ਦੀ, ਮਾੜੀ ਮਾੜੀ ਗੱਲ ਪਿੱਛੇ ਸਾਡੇ ਕਿਸਾਨ, ਸਾਡੇ ਅਧਿਆਪਕ, ਸਾਡੇ ਬੁੱਧੀਜੀਵੀ ਗਵਰਨਰ ਸਾਹਿਬ ਦੇ ਨਾਂ 'ਤੇ ਮੈਮੋਰੈਂਡਮ ਦੇ ਕੇ ਆਉਂਦੇ ਨੇ ਡਿਪਟੀ ਕਮਿਸ਼ਨਰਾਂ ਨੂੰ, ਰਾਸ਼ਟਰਪਤੀ ਦੇ ਨਾਮ 'ਤੇ ਮੈਮੋਰੈਂਡਮ ਦੇ ਕੇ ਆਉਂਦੇ ਨੇ ਕਿ ਇਹ ਪੰਜਾਬ ਦਾ ਗਵਰਨਰ, ਉਹਨੂੰ ਮੈਮੋਰੈਂਡਮ ਦੇ ਦਿਓ ਜੀ। ਅਤੇ ਗਵਰਨਰਾਂ ਦੀ ਸਥਿਤੀ ਹਾਸੋਹੀਣੀ ਆਪ ਹੋਈ ਪਈ ਹੈ। ਅਸਲ 'ਚ ਮੈਨੂੰ ਇਹ ਲੱਗਦਾ ਕਿ ਕੋਈ ਨਵਾਂ ਕਾਨੂੰਨ ਬਣਾਉਣਾ ਪੈਣਾ ਸਾਡੇ ਮੁਲਕ 'ਚ ਕਿ ਗਵਰਨਰ ਦੀ ਅਪੁਆਇੰਟਮੈਂਟ ਪੋਲੀਟੀਕਲ ਨਾ ਹੋਵੇ। ਗਵਰਨਰ ਤਾਂ ਉਹਨਾਂ ਨੂੰ ਬਣਾਇਆ ਹੋਇਆ ਜਿਹੜੇ ਕੋਈ 4 ਵਾਰ MP ਹੈ, ਕੋਈ 2 ਵਾਰ MP ਹੈ, ਕੋਈ RSS ਨਾਲ ਜੁੜਿਆ ਹੋਇਆ। ਤੁਸੀਂ ਗਵਰਨਰ ਬਣਾਓ ਜਿਹੜੇ ਲੋਕਾਂ ਨੂੰ ਸੰਵਿਧਾਨ ਦੀ, ਕਾਨੂੰਨ ਦੀ ਸਮਝ ਹੈ, ਉਹਨਾਂ ਲਈ ਕੋਈ ਪੜ੍ਹਾਈ ਨੀਅਤ ਕਰ ਦਿਓ ਘੱਟੋ ਘੱਟ, ਕਿ ਘੱਟੋ ਘੱਟ ਇੰਨੀ ਕੁ ਪੜ੍ਹਾਈ ਕਾਨੂੰਨ ਦੀ ਪੜ੍ਹੀ ਹੋਵੇ ਜਿਹਨੇ, ਅਸੀਂ ਕੋਈ ਸੁਪਰੀਮ ਕੋਰਟ ਦੇ ਸਾਡੇ ਸਾਬਕਾ ਜੱਜ ਨੇ, ਹਾਈ ਕੋਰਟ ਦੇ ਜੱਜ ਨੇ, ਤੁਸੀਂ ਉਹਨਾਂ ਨੂੰ ਗਵਰਨਰ ਲਾਓ ਤਾਂ ਕਿ ਉਹ ਸੰਵਿਧਾਨ ਦੀ ਪਾਲਣਾ ਕਰਾ ਸਕਣ। ਸੋ ਕਠਪੁਤਲੀਆਂ ਸਾਡੇ ਮੁਲਕ 'ਚ ਗਵਰਨਰ ਬਣਾਈਆਂ ਹੋਈਆਂ ਨੇ, ਮੈਂ ਕਠਪੁਤਲੀਆਂ ਤਾਂ ਕਹਿ ਰਿਹਾ ਕਿਉਂਕਿ ਸਥਿਤੀਆਂ ਉੱਦਾਂ ਦੀਆਂ ਬਣ ਰਹੀਆਂ ਨੇ। ਗਵਰਨਰ ਦੀ ਇੱਜ਼ਤ ਨਹੀਂ ਰਹੀ, ਮਾੜਾ ਮੋਟਾ ਲੀਡਰ ਹੈ ਜਿਹੜਾ ਉਹ ਗਵਰਨਰ 'ਤੇ ਸਵਾਲ ਚੁੱਕੀ ਜਾਂਦਾ ਹੈ, ਔਰ ਉਹਦੇ ਲਈ ਜ਼ਿੰਮੇਦਾਰ ਕੀ ਹੈ ਸਾਡਾ ਇਹ ਸਿਸਟਮ। ਇਸੇ ਕਰਕੇ ਰਾਹੁਲ ਗਾਂਧੀ ਨੇ ਇਲਜ਼ਾਮ ਲਾਇਆ ਅੱਜ ਕਿ ਸਾਡੇ ਇੰਸਟੀਚਿਊਟ ਦੀ ਜਿਹੜੀ ਨਿਰਪੱਖਤਾ ਸੀ ਉਹ ਸਵਾਲਾਂ ਦੇ ਵਿੱਚ ਆ ਗਈ ਹੈ। ਸੋ ਕਾਂਗਰਸ ਵੀ ਦੁੱਧ ਦੀ ਧੋਤੀ ਨਹੀਂ, ਕਾਂਗਰਸ ਦੇ ਟਾਈਮ ਦੇ ਵਿੱਚ ਵੀ ਬਹੁਤ ਸਾਰੇ ਘੱਟ ਪੜ੍ਹੇ ਲਿਖੇ ਜਾਂ ਜਿਹੜੇ MP ਰਹੇ ਨੇ ਜਾਂ ਲੋਇਲ ਰਹੇ ਨੇ ਕਾਂਗਰਸ ਦੇ ਨਾਲ, ਉਹਨਾਂ ਨੂੰ ਗਵਰਨਰ ਲਾਇਆ ਜਾਂਦਾ ਰਿਹਾ। ਇਹਦੇ ਪਿੱਛੇ ਸਾਡੇ ਮੁਲਕ 'ਚ ਆਵਾਜ਼ ਖੜੀ ਹੋਣੀ ਚਾਹੀਦੀ ਹੈ ਕਿ ਗਵਰਨਰ ਤੁਸੀਂ ਨੋਨ ਪੋਲੀਟੀਕਲ ਲਾਓ ਤਾਂ ਕਿ ਉਹ ਨਿਰਪੱਖਤਾ ਦੇ ਨਾਲ ਫੈਸਲੇ ਲੈ ਸਕਣ। ਇਹ ਸਾਰੀਆਂ ਗੱਲਾਂ ਅੱਜ ਰਾਹੁਲ ਗਾਂਧੀ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਚੱਕੀਆਂ ਨੇ। ਔਰ ਜਿਵੇਂ ਮੈਂ ਪਹਿਲਾਂ ਕਿਹਾ, ਰਾਹੁਲ ਗਾਂਧੀ ਅੱਜ ਸਿਆਸਤ ਦੇ ਵਿੱਚ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਕਰੜੀ ਟੱਕਰ ਦਿੰਦੇ ਹੋਏ ਨਜ਼ਰ ਆਏ। ਸੋ ਇੱਕ ਨਵੀਂ ਤਰ੍ਹਾਂ ਦੇ ਰਾਹੁਲ ਗਾਂਧੀ ਨੇ ਜਿਹੜੇ ਉਹ ਕਰਨਾਟਕਾ ਦੀਆਂ ਚੋਣਾਂ ਦੇ ਵਿੱਚੋਂ ਸਾਨੂੰ ਨਜ਼ਰ ਆਏ ਸੀ। ਮੈਨੂੰ ਲੱਗਦਾ ਕਿ ਸਾਡੇ ਮੁਲਕ 'ਚ ਭਾਵੇਂ ਕਾਂਗਰਸ ਵਿਰੋਧੀ ਧਿਰ 'ਚ ਹੈ ਜਾਂ ਕੋਈ ਹੋਰ ਪਾਰਟੀ ਵਿਰੋਧੀ ਧਿਰ 'ਚ ਹੈ, ਮਜ਼ਬੂਤ ਵਿਰੋਧੀ ਧਿਰ ਹੋਣਾ ਚਾਹੀਦਾ। ਜਿਵੇਂ ਰਾਹੁਲ ਗਾਂਧੀ ਨੇ ਇਹ ਸਬੂਤ ਪੇਸ਼ ਕੀਤਾ ਵਿਰੋਧੀ ਧਿਰ 'ਚ ਇੱਕ ਮਜ਼ਬੂਤ ਆਗੂ ਦੇ ਤੌਰ ਦੇ ਉੱਤੇ, ਸੋ ਇਹ ਕਾਫੀ ਇਹਦੀ ਤਾਰੀਫ ਕਰਨੀ ਵੀ ਬਣਦੀ ਹੈ। ਡੱਲਾ ਜੀ, ਅੱਜ BJP ਤੋਂ ਤੁਹਾਨੂੰ ਕੀ ਲੱਗਦਾ ਕੀ ਝੂਕ ਹੋ ਗਏ ਕਿ ਉਹ ਸਮਰਥਨ ਹਾਸਲ ਕਰ ਹੀ ਨਹੀਂ ਪਾਈ? ਉਸ ਤੋਂ ਪਹਿਲਾਂ ਹੀ ਜਿਹੜੇ ਯਦੁਰੱਪਾ ਸੀ ਉਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕਰਤਾ ਅਤੇ ਸਰਕਾਰ ਡਿੱਗੀ ਉਹਨਾਂ ਨੇ। ਦੇਖੋ, ਗੁੱਲੀ ਘੜੀ ਨਹੀਂ BJP ਨੇ, ਬਿਨਾਂ ਗੁੱਲੀ ਘੜੇ ਮੈਚ ਖੇਡਣ ਚਲੇ ਗਏ। ਮੈਦਾਨ 'ਚ ਜਾ ਕੇ ਗੁੱਲੀ ਨਹੀਂ ਘੜੀ ਜਾਂਦੀ। ਪਹਿਲਾਂ ਭਰੋਸਾ ਹੋਣਾ ਚਾਹੀਦਾ ਸੀ ਜਦੋਂ ਉਹ ਦਾਅਵਾ ਕਰਨ ਗਏ ਨੇ ਕਿ ਮੇਰੀ ਸਰਕਾਰ ਬਣਾ ਦਿਓ ਜੀ, ਮੇਰੇ ਕੋਲ 104 ਵਿਧਾਇਕ ਨੇ, ਘੱਟੋ ਘੱਟ ਭਰੋਸਾ ਤਾਂ ਹੁੰਦਾ ਜੀ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਗਵਰਨਰ ਸਾਹਿਬ ਨੇ ਕਹਿ ਤਾ ਵੀ ਚਲੋ ਜੀ
ਤੁਸੀਂ ਬਣਾਓ। ਹੋ ਸਕਦਾ ਗਵਰਨਰ ਸਾਹਿਬ ਨੂੰ ਉੱਪਰੋਂ ਇਸ਼ਾਰਾ ਹੋਇਆ ਹੋਵੇ, ਜੇ ਉੱਪਰੋਂ ਇਸ਼ਾਰਾ ਨਹੀਂ ਹੋਇਆ ਤਾਂ ਮਾਫ਼ ਕਰਨਾ, ਸਾਡੇ ਗਵਰਨਰ ਸਾਹਿਬ ਦਾ ਜਿਹੜਾ ਵਿਵੇਕ ਹੈ ਬੜਾ ਕਮਜ਼ੋਰ ਹੈ, ਅਤੇ ਗਵਰਨਰ ਸਾਹਿਬ ਨੂੰ ਟਿਊਸ਼ਨ ਰੱਖਣੀ ਚਾਹੀਦੀ ਹੈ ਤਾਂ ਕਿ ਵਿਵੇਕ ਦੇ ਪ੍ਰਤੀ ਕਿਵੇਂ ਵਿਵੇਕ ਨੂੰ ਚੰਗੇ ਤਰੀਕੇ ਨਾਲ ਵਰਤਣਾ, ਉਹਦੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ, ਉਹਦੀ ਜਾਣਕਾਰੀ ਲਈ ਜਾ ਸਕੇ। ਅਤੇ ਜਿਵੇਂ ਸਾਡੇ ਪੰਜਾਬ 'ਚ ਕਹਾਵਤ ਵੀ ਹੈ ਕਿ ਬਦਾਮ ਬਦੂਮ ਜ਼ਿਆਦਾ ਖਾਣੇ ਚਾਹੀਦੇ ਨੇ ਤਾਂ ਕਿ ਅਸੀਂ ਚੰਗੇ ਫੈਸਲੇ ਕਰੀਏ, ਇਸੇ ਕਰਕੇ ਸਾਡੇ ਪਿੰਡਾਂ 'ਚ ਛੋਟੇ ਹੁੰਦੇ ਹੀ ਭਿਉਂ ਕੇ ਬਦਾਮ ਵੀ ਖਾਣ ਲੱਗ ਗਏ, ਪਾਣੀਆਂ 'ਚ ਪਾ ਕੇ ਦਿੰਦੇ ਨੇ। ਸੋ ਇਹ ਜ਼ਰੂਰੀ ਇਸ ਕਰਕੇ ਇਹ ਗੱਲਾਂ ਕਰਨੀਆਂ ਕਿ ਸਿਰਫ ਕਰਨਾਟਕਾ ਦਾ ਮਸਲਾ ਨਹੀਂ, ਸਿਰਫ ਇੱਕ ਗਵਰਨਰ ਦਾ ਮਸਲਾ ਨਹੀਂ, ਇਹ ਭਾਰਤ ਦੇ ਸੰਵਿਧਾਨ ਦਾ ਮਸਲਾ ਵੀ ਹੈ, ਸਾਡੇ ਅਦਾਰਿਆਂ ਦੇ ਉੱਤੇ ਭਰੋਸੇਯੋਗਤਾ ਦਾ ਮਸਲਾ ਵੀ ਹੈ। ਔਰ ਜਿਹੜਾ ਤੁਸੀਂ ਸਵਾਲ ਕੀਤਾ, ਜਦੋਂ ਦਾਅਵਾ ਕਰਕੇ ਆਏ ਯੇਦੁਰੱਪਾ ਸਾਹਿਬ ਕਿ ਮੇਰੇ ਕੋਲ 104 ਵਿਧਾਇਕ ਨੇ ਜੀ, ਮੈਨੂੰ ਬਣਾ ਦਿਓ ਤੁਸੀਂ ਮੁੱਖ ਮੰਤਰੀ, ਮੌਕਾ ਦਿਓ, ਇਹਦਾ ਮਤਲਬ ਤਿਆਰੀ ਨਹੀਂ ਸੀ ਯੇਦੁਰੱਪਾ ਸਾਹਿਬ ਦੀ, ਇਹਦਾ ਮਤਲਬ ਕਿ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਸਾਨੂੰ 14-15 ਦਿਨ ਦਾ ਵਕਤ ਮਿਲ ਗਿਆ, ਅਸੀਂ ਢਾਹ ਭੰਨ ਕਰ ਲਾਂਗੇ, ਅਸੀਂ ਸੈੱਟ ਕਰ ਲਾਂਗੇ ਵਿਧਾਇਕ, ਭਾਵੇਂ ਪੈਸੇ ਨਾਲ ਕਰ ਲਈਏ, ਭਾਵੇਂ ਡਰਾ ਕੇ ਕਰ ਲਈਏ, ਆਹੀ ਕੋਸ਼ਿਸ਼ ਸੀ। ਜੇ ਆਹ ਕੋਸ਼ਿਸ਼ ਨਾ ਹੁੰਦੀ ਤਾਂ ਅੱਜ ਵੋਟ ਆਫ ਕੋਨਫੀਡੈਂਸ ਤੋਂ ਪਹਿਲਾਂ ਹੀ ਉਹਨਾਂ ਨੇ ਅਸਤੀਫਾ ਦਿੱਤਾ। ਇਹ ਡੱਲਾ ਜੀ, ਇਸ ਜਿਹੜਾ ਇਹ ਪ੍ਰਕਰਨ ਕਰਨਾਟਕਾ 'ਚ ਹੋਇਆ, ਇਸ ਤੋਂ ਬਾਅਦ ਤੁਸੀਂ ਰਾਹੁਲ ਗਾਂਧੀ ਜੀ ਨੂੰ ਕਿੱਥੇ ਦੇਖਦੇ ਹੋ ਕਿ ਉਹਨਾਂ ਦਾ ਇਸ ਮਾਮਲੇ ਨਾਲ ਕਿੰਨਾ ਕੁ ਕੱਦ ਉੱਪਰ ਵਧੇਗਾ ਔਰ ਪੂਰੇ ਦੇਸ਼ ਦੀ ਰਾਜਨੀਤੀ 'ਚ ਇਹਦਾ ਕੀ ਅਸਰ ਜਾਏਗਾ? ਦੇਖੋ, ਰਾਹੁਲ ਗਾਂਧੀ ਦਾ ਕੱਦ ਅੱਜ, ਇੱਕ ਤਾਂ ਗੱਲ ਰਾਹੁਲ ਗਾਂਧੀ ਵੀ ਸਮਝ ਗਏ ਕਿ ਜਿਹੜੀਆਂ ਰੀਜਨਲ ਪਾਰਟੀਆਂ ਨੇ, ਖੇਤਰੀ ਪਾਰਟੀਆਂ ਨੇ, ਉਹਨਾਂ ਦੀ ਤਾਕਤ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ। ਜਦੋਂ ਪੰਜਾਬ ਦੀਆਂ ਵੀ ਚੋਣਾਂ ਹੁੰਦੀਆਂ ਸੀ, ਬਹੁਤੀ ਵਾਰੀ ਕਾਂਗਰਸ ਪੰਜਾਬ 'ਚ, ਜਿਵੇਂ ਇੱਕ ਦੋ ਵਾਰੀ ਤਾਂ ਇਹਨਾਂ ਨੇ CPI CPM ਨਾਲ ਵੀ ਸਮਝੌਤੇ ਨਹੀਂ ਕੀਤੇ, ਹਾਲਾਂਕਿ ਉਹਨਾਂ ਨੇ ਵੀ ਨਹੀਂ ਕੀਤੇ, ਇੱਕ ਰਾਏ ਨਹੀਂ ਬਣੀ। ਕਈ ਹੋਰ ਪਾਰਟੀਆਂ ਨੇ ਜਿਨ੍ਹਾਂ ਨਾਲ ਇਹਨਾਂ ਨੇ ਸਮਝੌਤਾ ਨਹੀਂ ਕੀਤਾ। ਹੁਣ ਰਾਹੁਲ ਗਾਂਧੀ ਇਹ ਗੱਲ ਜ਼ਰੂਰ ਸਮਝ ਗਏ ਕਿ ਅਸੀਂ ਖੇਤਰਾਂ ਦੇ ਵਿੱਚ, ਵੱਖ ਵੱਖ ਸੂਬਿਆਂ ਦੇ ਵਿੱਚ ਜਿਹੜੀਆਂ ਹਮਖਿਆਲੀ ਪਾਰਟੀਆਂ ਨੇ ਜਾਂ ਚੰਗੀਆਂ ਰੀਜਨਲ ਪਾਰਟੀਆਂ ਨੇ, ਅਸੀਂ ਉਹਨਾਂ ਦੇ ਨਾਲ ਮਿਲ ਕੇ ਚੱਲਾਂਗੇ, ਕਿਉਂਕਿ ਮਜ਼ਬੂਤ ਵਿਰੋਧੀ ਧਿਰ ਬਣਾਉਣੀ ਬਹੁਤ ਜ਼ਰੂਰੀ ਹੈ ਜਦੋਂ ਸਰਕਾਰ ਸਪਸ਼ਟ ਬਹੁਮਤ ਦੀ ਹੋਵੇ। ਔਰ ਅਕਸਰ ਇਹ ਗੱਲਾਂ ਹੁੰਦੀਆਂ ਨੇ ਜਦੋਂ ਕੋਈ ਵੀ ਸਰਕਾਰ ਹੋਵੇ, ਜਦੋਂ ਜ਼ਿਆਦਾ ਲੰਮਾ ਸਮਾਂ ਹੋ ਜਾਂਦੀ ਹੈ ਤਾਂ ਉਹ ਸਰਕਾਰ ਆਪਣੀ ਬਾਦਸ਼ਾਹਤ ਕਾਇਮ ਰੱਖਣਾ ਚਾਹੁੰਦੀ ਹੈ ਕਿਸੇ ਵੀ ਕੀਮਤ 'ਤੇ, ਅਤੇ ਉਦੋਂ ਫਿਰ ਜ਼ੋਰ ਜ਼ਬਰਦਸਤੀ ਵੀ ਸਰਕਾਰਾਂ ਕਰਦੀਆਂ ਨੇ। ਰਾਹੁਲ ਗਾਂਧੀ ਇੱਕ ਤਾਂ ਇਹ ਸਮਝ ਗਏ ਕਿ ਇਕੱਠੇ ਹੋ ਕੇ ਵਿਰੋਧੀ ਧਿਰ 'ਚ ਕੰਮ ਕਰਨ ਦਾ ਫਾਇਦਾ ਕੀ ਹੁੰਦਾ, ਇਹ ਸਭ ਤੋਂ ਵੱਡੀ ਪ੍ਰਾਪਤੀ ਰਾਹੁਲ ਗਾਂਧੀ ਨੂੰ ਹੋਈ। ਇਹਦੇ ਨਾਲ ਸਾਡੀ ਸਿਆਸਤ 'ਤੇ ਇਹ ਪ੍ਰਭਾਵ ਪਊਗਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਵੱਖ ਵੱਖ ਰੀਜਨਸ ਦੇ ਵਿੱਚ, ਸੂਬਿਆਂ ਦੇ ਵਿੱਚ ਜਿਹੜੀਆਂ ਹਮਖਿਆਲੀ ਪਾਰਟੀਆਂ ਨੇ ਉਹਨਾਂ ਨਾਲ ਸਮਝੌਤੇ ਬਣਾਉਣ ਲਈ ਪਹਿਲਕਦਮੀ ਕਰਨਗੇ, ਜਿਹਦੇ ਨਾਲ ਦੇਸ਼ ਦੇ ਵਿੱਚ ਇੱਕ ਮਜ਼ਬੂਤ ਵਿਰੋਧੀ ਧਿਰ ਦੀ ਆਸ ਇਸੇ ਵੇਲੇ ਪੈਦਾ ਹੋ ਗਈ ਹੈ। ਚੋਣਾਂ ਤੋਂ ਬਾਅਦ 2019 ਦੀ ਸਰਕਾਰ ਕਿਸੇ ਦੀ ਵੀ ਬਣੇ, ਮੈਂ ਇਹ ਮੰਨਦਾ ਜੇ ਕਾਂਗਰਸ ਦੀ ਵੀ ਸਰਕਾਰ ਬਣਦੀ ਹੈ, ਗਠਬੰਧਨ ਦੇ ਵਿੱਚ ਵੀ ਬਣਦੀ ਹੈ, ਤਾਂ ਵੀ ਵਿਰੋਧੀ ਧਿਰ ਮਜ਼ਬੂਤ ਹੋਣਾ ਚਾਹੀਦਾ, ਕੋਈ ਵੀ ਹੋਵੇ, ਭਾਵੇਂ BJP ਹੋਵੇ, ਭਾਵੇਂ CPM ਵਾਲੇ ਹੋਣ ਜਾਂ ਵੱਖ ਵੱਖ ਸੂਬਿਆਂ 'ਚ, ਪੰਜਾਬ 'ਚ ਭਾਵੇਂ ਅਕਾਲੀ ਦਲ ਹੋਵੇ, ਮਹਾਰਾਸ਼ਟਰ 'ਚ ਭਾਵੇਂ ਸ਼ਿਵ ਸੈਨਾ ਹੋਵੇ। ਸੋ ਵਿਰੋਧੀ ਧਿਰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹਨਾਂ ਕਰਨਾਟਕਾ ਦੇ ਨਤੀਜਿਆਂ ਦਾ ਅਸਰ ਹੁਣ ਇਹ ਬਣੇਗਾ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਸਾਰੇ ਵਿਰੋਧੀ ਧਿਰ ਸੀ ਉਹ ਇਕੱਠੇ ਹੋਣ ਦੀ ਦਿਸ਼ਾ ਦੇ ਵਿੱਚ ਚੱਲਣਗੇ। ਉਹਨਾਂ ਨੇ ਅੱਜ ਇਹ ਮਹਿਸੂਸ ਕਰ ਲਿਆ ਕਿ ਜੇ ਅਸੀਂ ਇਕੱਠੇ ਹੋ ਕੇ ਚੱਲਾਂਗੇ ਤਾਂ ਅਸੀਂ BJP ਨੂੰ ਹਰਾ ਸਕਦੇ ਹਾਂ। ਸੋ BJP ਨੂੰ ਹਰਾਉਣ ਦੀ ਦਿਸ਼ਾ ਦੇ ਵਿੱਚ ਸਾਰੀਆਂ ਵਿਰੋਧੀ ਪਾਰਟੀਆਂ 2019 ਤੋਂ ਪਹਿਲਾਂ ਹਮਖਿਆਲੀ ਪਾਰਟੀਆਂ ਉਹ ਇਕੱਠੀਆਂ ਹੋਣਗੀਆਂ, ਔਰ ਰਾਹੁਲ ਗਾਂਧੀ ਨੂੰ ਵੀ ਇਤਰਾਜ਼ ਨਹੀਂ ਹੋਣਾ ਮੈਨੂੰ ਲੱਗ ਰਿਹਾ। ਡੱਲਾ ਸਾਹਿਬ, ਅੱਜ ਤੁਸੀਂ ਦੇਖਿਆ ਹੋਣਾ ਕਿ ਜਿੱਦਾਂ ਹੀ ਬਹੁਮਤ ਪ੍ਰੀਖਸ਼ਣ ਦਾ ਨਤੀਜਾ ਸਾਹਮਣੇ ਆਇਆ, ਕਾਂਗਰਸ ਦੀ ਹਮਖਿਆਲੀ ਪਾਰਟੀਜ਼ ਜਿਵੇਂ ਮਾਇਆਵਤੀ BSP ਤੋਂ ਅਖਿਲੇਸ਼ ਯਾਦਵ ਔਰ ਉਸ ਤੋਂ ਬਾਅਦ ਸ਼ਰਦ ਪਵਾਰ ਔਰ ਵੱਡੇ ਵੱਡੇ ਲੀਡਰਾਂ ਨੇ ਵੀ ਬਿਆਨਬਾਜ਼ੀ ਕੀਤੀ ਹੈ,
ਕਾਂਗਰਸ ਦੇ ਹੱਕ 'ਚ, ਤੁਸੀਂ ਕੀ ਸਮਝਦੇ ਹੋ ਕਿ ਇਹ ਸੰਦੇਸ਼ ਹੈਗਾ ਕਿ ਉਹ ਇਕਜੁੱਟ ਹੋਣਗੇ ਆਉਣ ਵਾਲੇ ਟਾਈਮ 'ਚ? ਦੇਖੋ, ਮਮਤਾ ਬੈਨਰਜੀ ਪਹਿਲਾਂ ਹੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਕ ਦੇ ਵਿੱਚ ਕੋਈ ਵੱਡਾ ਤੀਜਾ ਮੋਰਚਾ ਬਣ ਜਾਵੇ, ਭਾਵੇਂ ਉਹਦੇ 'ਚ ਕਾਂਗਰਸ ਆ ਜਾਵੇ, ਉਹਨੂੰ ਦੂਸਰਾ ਮੋਰਚਾ ਕਹਿ ਲਓ। ਹਜੇ ਤੱਕ ਕਾਂਗਰਸ ਵੱਲੋਂ ਕੋਈ ਭਰਵਾਂ ਹੁੰਗਾਰਾ ਨਹੀਂ ਸੀ ਦਿੱਤਾ ਜਾ ਰਿਹਾ। ਔਰ ਸ਼ਰਦ ਯਾਦਵ ਇਹ ਪਹਿਲਾਂ ਕਿਸੇ ਵੇਲੇ ਕਾਂਗਰਸ ਦੇ ਵਿੱਚ ਹੀ ਸੀ, ਇਹਨਾਂ ਨੇ ਆਪਣੀ ਨੈਸ਼ਨਲ ਕਾਂਗਰਸ ਪਾਰਟੀ ਬਣਾਈ, ਉਸ ਤੋਂ ਬਾਅਦ ਇਹ ਨੈਸ਼ਨਲਿਸਟ ਕਾਂਗਰਸ ਪਾਰਟੀ ਬਣਾਈ, ਉਸ ਤੋਂ ਬਾਅਦ ਮਮਤਾ ਬੈਨਰਜੀ ਤਾਂ ਆਪਣੀ ਪਾਰਟੀ ਬਣਾ ਕੇ ਬਤੌਰ ਮੁੱਖ ਮੰਤਰੀ ਵੀ ਕੰਮ ਕਰ ਰਹੇ ਨੇ, ਉਹ ਤ੍ਰਿਣਮੂਲ ਕਾਂਗਰਸ ਉਹਨਾਂ ਨੇ ਬਣਾਈ। ਇਹਨਾਂ ਦੇ ਬਿਆਨ ਆਉਣ ਦਾ ਮਤਲਬ ਇਹ ਹੈ ਕਿ ਇੱਕ ਤਾਂ ਇਹ ਸਾਰੇ ਲੋਕ ਚਾਹੁੰਦੇ ਸੀ ਕਿ ਬੀਜੇਪੀ ਕਰਨਾਟਕਾ ਦੇ ਵਿੱਚ ਨਾ ਜਿੱਤੇ, ਦੇਵਗੌੜਾ ਸਾਹਿਬ ਦੀ ਪਾਰਟੀ JDS ਦੇ ਨਾਲ ਕਾਂਗਰਸ ਦਾ ਸਮਝੌਤਾ ਹੋਇਆ, ਉਸ ਤੋਂ ਬਾਅਦ ਸ਼ਰਦ ਯਾਦਵ ਨੂੰ ਵੀ, ਮਮਤਾ ਬੈਨਰਜੀ ਨੂੰ ਵੀ, ਇਹਨਾਂ ਸਾਰਿਆਂ ਨੂੰ, ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ ਬਿਹਾਰ ਦੇ ਵਿੱਚ, ਔਰ ਮਾਇਆਵਤੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਇਹਨਾਂ ਸਾਰਿਆਂ ਨੂੰ ਆਸ ਸੀ ਕਿ ਬੀਜੇਪੀ ਅਗਰ ਹਾਰਦੀ ਹੈ, ਕਾਂਗਰਸ ਅਤੇ JDS ਦਾ ਜੇ ਗਠਬੰਧਨ ਜਿੱਤਦਾ, ਤਾਂ ਇਹਨਾਂ ਸਾਰਿਆਂ ਨੂੰ ਆਸ ਹੈ ਕਿ ਇਹਦੇ ਨਾਲ ਅਸੀਂ ਲੋਕ ਸਭਾ ਲਈ ਮਜ਼ਬੂਤ ਹੋਵਾਂਗੇ ਔਰ ਬੀਜੇਪੀ ਨੂੰ ਹਰਾਉਣ ਦੇ ਲਈ। ਦੇਖੋ, ਕਾਂਗਰਸ ਦਾ ਉੱਤਰ ਪ੍ਰਦੇਸ਼ ਦੇ ਵਿੱਚ ਮੁਲਾਇਮ ਸਿੰਘ ਯਾਦਵ ਦੀ ਪਾਰਟੀ ਨਾਲ ਅਤੇ ਬਸਪਾ ਨਾਲ ਗਠਬੰਧਨ ਹੋ ਜਾਵੇ ਤਾਂ ਬੀਜੇਪੀ ਲਈ ਬਹੁਤ ਆਸਾਨ ਨਹੀਂ ਹੈ, ਬੀਜੇਪੀ ਲਈ ਔਖਾ ਹੈ। ਬਿਹਾਰ ਦੇ ਵਿੱਚ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੇ ਨਾਲ ਗਠਬੰਧਨ ਇਹਨਾਂ ਦਾ ਹੋ ਸਕਦਾ, ਇਸੇ ਤਰ੍ਹਾਂ ਬੰਗਾਲ ਦੇ ਵਿੱਚ ਮਮਤਾ ਬੈਨਰਜੀ ਦੇ ਨਾਲ ਇਹਨਾਂ ਦਾ ਗਠਬੰਧਨ ਹੋ ਸਕਦਾ, ਔਰ ਮਹਾਰਾਸ਼ਟਰ ਦੇ ਵਿੱਚ ਨੈਸ਼ਨਲਿਸਟ ਕਾਂਗਰਸ ਪਾਰਟੀ ਦੇ ਨਾਲ ਗਠਬੰਧਨ ਹੋ ਸਕਦਾ, ਹਾਲਾਂਕਿ ਪਹਿਲਾਂ ਵੀ ਰਹੇ ਨੇ। ਸੋ ਗਠਬੰਧਨ ਦੀ ਰਾਜਨੀਤੀ ਨੂੰ ਉਭਾਰ ਮਿਲਿਆ, ਔਰ ਜੇ ਕਿਤੇ CPI ਔਰ CPM ਵਰਗੀਆਂ ਪਾਰਟੀਆਂ ਖੱਬੇ ਧਿਰਾਂ, ਜਿਹਨੂੰ ਅਸੀਂ ਕਹਿੰਦੇ ਹਾਂ ਖੱਬੀਆਂ ਧਿਰਾਂ, ਜਿਹੜੀਆਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਜਿੰਨੀ ਦੇਰ ਜਿਉਂਦੇ ਰਹੇ ਨੇ, ਉਨੀ ਦੇਰ ਖੱਬੀਆਂ ਧਿਰਾਂ ਕਾਂਗਰਸ ਦੇ ਨਾਲ ਮਿਲ ਕੇ ਚੱਲਦੀਆਂ ਰਹੀਆਂ ਨੇ, ਠੀਕ ਉਸੇ ਤਰ੍ਹਾਂ ਜਿਵੇਂ ਪੰਜਾਬ 'ਚ ਅਕਾਲੀ ਦਲ BJP ਦੇ ਨਾਲ ਚੱਲਦਾ ਜਾਂ BJP ਅਕਾਲੀ ਦਲ ਦੇ ਨਾਲ ਚੱਲਦਾ। ਇਹਨਾਂ ਦਾ ਪੰਜਾਬ 'ਚ ਨਾਰਾ ਇਹ ਹੈ ਕਿ ਇਹਦੇ ਨਾਲ ਸਮਾਜਿਕ ਸੰਤੁਲਨ ਰਹੂਗਾ। ਇਸੇ ਤਰ੍ਹਾਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਕਾਂਗਰਸ ਦੇ ਨਾਲ ਖੱਬੀਆਂ ਧਿਰਾਂ ਨੂੰ ਜੋੜ ਕੇ ਚਲਾਉਂਦੇ ਸੀ, ਕਾਂਗਰਸ ਨੂੰ ਕਿਤੇ ਕਿਤੇ ਚੈੱਕ ਵੀ ਕਰਦੇ ਰਹਿੰਦੇ ਸੀ, ਕਾਂਗਰਸ 'ਤੇ ਪ੍ਰੈਸ਼ਰ ਵੀ ਦਿੰਦੇ ਸੀ, ਪਰ ਉਹਦੇ ਨਾਲ ਉਹ ਸਮਾਜਿਕ ਸੰਤੁਲਨ ਦੀ ਗੱਲ ਵੀ ਕਰਦੇ ਸੀ ਕਿ ਸੱਤਾ ਦੇ ਵਿੱਚ ਅਸੀਂ ਖੱਬੀਆਂ ਧਿਰਾਂ ਆਪਣੀ ਗੱਲ ਮਨਵਾਵਾਂਗੇ, ਮਨਵਾ ਵੀ ਲਵਾਂਗੇ, ਅਤੇ ਜਿਹੜੀ ਗੱਲ ਨਹੀਂ ਮਨਵਾਉਣ ਵਾਲੀ ਹੈਈ ਉਹਨੂੰ ਰੁਕਵਾ ਵੀ ਲਵਾਂਗੇ। ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਉਹ ਕਰਦੇ ਸੀ। ਸੋ ਹੁਣ ਦੇਸ਼ ਉਸ ਦਿਸ਼ਾ ਦੇ ਵਿੱਚ ਅੱਗੇ ਵਧੂਗਾ, ਭਾਵੇਂ ਕਾਂਗਰਸ ਦੀ ਅਗਵਾਈ ਦੇ ਵਿੱਚ ਦੂਜੀਆਂ ਪਾਰਟੀਆਂ ਨਾਲ ਆ ਜਾਣ, ਕਾਂਗਰਸ ਦੇ ਨਾਲ ਭਾਵੇਂ ਖੱਬੀਆਂ ਧਿਰਾਂ ਦਾ ਗਠਬੰਧਨ ਹੋਵੇ, ਮਾਇਆਵਤੀ ਨਾਲ ਆ ਸਕਦੀ ਹੈ, ਮੁਲਾਇਮ ਸਿੰਘ ਯਾਦਵ ਨਾਲ ਆ ਸਕਦੇ ਨੇ। ਸੋ 2019 'ਚ ਜੇ ਮਾਇਆਵਤੀ, ਮੁਲਾਇਮ ਸਿੰਘ ਯਾਦਵ, ਸ਼ਰਦ ਯਾਦਵ, ਮਮਤਾ ਬੈਨਰਜੀ JDS ਨਾਲ ਹੀ ਹੈ, ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਔਰ CPM CPI ਇਕੱਠੀਆਂ ਹੋ ਜਾਣ, ਮੌਰਿਆ ਸਾਹਿਬ, ਫਿਰ ਬੀਜੇਪੀ ਲਈ ਬੜਾ ਔਖਾ ਹੋ ਜਾਣਾ, ਕਿਉਂਕਿ BJP ਦਾ ਜਿਹੜਾ ਪੂਰੇ ਮੁਲਕ 'ਚ, ਜੇ ਅਸੀਂ ਜਦੋਂ ਵੋਟ ਸ਼ੇਅਰ ਦੀ ਗੱਲ ਕਰਦੇ ਹਾਂ, ਜਦੋਂ JDS ਦੀ ਵੀ ਗੱਲ ਕਰ ਲਈਏ, ਤਾਂ BJP ਦੇ ਲੀਡਰ ਕਹੀ ਜਾਂਦੇ ਕਿ ਮੈਂਡੇਟ BJP ਦੇ ਨਾਲ ਸੀ। ਸਭ ਤੋਂ ਜ਼ਿਆਦਾ ਜੇ ਲੋਕਾਂ ਨੇ ਵੋਟ ਪਾਈ ਹੈ, ਭਾਵੇਂ ਕਾਂਗਰਸ ਦੀਆਂ 78 ਸੀਟਾਂ ਸੀ, ਪਰ ਵੋਟ ਸ਼ੇਅਰ ਕਾਂਗਰਸ ਦਾ ਜ਼ਿਆਦਾ ਸੀ, ਅਰਾਊਂਡ 38%। ਸੋ BJP ਦਾ 36% ਸੀ, ਕਾਂਗਰਸ ਨੂੰ ਜ਼ਿਆਦਾ ਲੋਕਾਂ ਨੇ ਵੋਟ ਪਾਈ ਹੈ, ਔਰ JDS ਅਤੇ ਕਾਂਗਰਸ ਮਿਲ ਜਾਈਏ ਤਾਂ ਬਹੁਤ ਜ਼ਿਆਦਾ ਹੋ ਗਈਆਂ, ਉੱਥੇ ਸਿਰਫ 36% ਇੱਕ ਪਾਸੇ ਹੈ ਅਤੇ ਬਾਕੀ ਸਾਰੇ ਇੱਕ ਪਾਸੇ ਹੈ, ਕਿਉਂਕਿ ਉੱਥੇ JDS ਵੀ ਮਿਲ ਗਈ, ਕਾਂਗਰਸ ਵੀ ਮਿਲ ਗਈ, ਔਰ ਬਸਪਾ ਅਤੇ ਇੱਕ ਹੋਰ ਆਜ਼ਾਦ ਉਮੀਦਵਾਰ ਹੈ ਜਿਹੜਾ, ਉਹ ਵੀ ਇਕੱਠੇ ਹੋ ਗਏ ਸਾਰੇ। ਸੋ ਇਸ ਕਰਕੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਡੇ ਗਠਬੰਧਨ ਦੇ ਸੰਕੇਤ ਮਿਲੇ ਨੇ, ਔਰ BJP ਨੂੰ ਸਖ਼ਤ ਮੁਕਾਬਲਾ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਹੋਊਗਾ, ਔਰ ਨਰਿੰਦਰ ਮੋਦੀ ਸਾਹਿਬ ਨੂੰ ਆਪਣੇ ਕੰਮਕਾਜ ਦੀ ਸ਼ੈਲੀ ਵਰਤਣੀ ਪਊ, ਬਦਲਣੀ ਪਊਗੀ, ਔਰ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਸੋਚ ਨੂੰ ਸਾਬਤ ਕਰਨਾ ਪਊਗਾ। ਔਰ ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗਾ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਰਾਸ਼ਟਰਗਾਨ ਦੇ ਮਾਮਲੇ ਦੇ ਵਿੱਚ ਜਿਹੜੀ ਬਹੁਤ ਵੱਡੀ ਤਰੁੱਟੀ ਉਹਨਾਂ ਤੋਂ ਹੋ ਗਈ ਹੈ ਕਰਨਾਟਕਾ ਦੇ ਵਿੱਚ, ਉਹਦੇ 'ਚ ਸੁਧਾਰ ਕਰਨ,
ਔਰ ਜ਼ਰੂਰ ਯੈਦੂਯੁਰੱਪਾ ਸਾਹਿਬ ਨੂੰ ਇਹਦੇ 'ਤੇ ਆਪਣੀ ਸਫਾਈ ਦੇਣੀ ਚਾਹੀਦੀ ਹੈ ਕਿ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਇਸ ਗੱਲ ਦਾ ਧਿਆਨ ਨਹੀਂ ਰਿਹਾ, ਕਿਉਂਕਿ ਇਹ ਜਿਹੜੀ ਗੱਲ ਹੈ ਇਹ ਭਾਵੇਂ ਕੋਈ ਕੋਰਟ ਕਚਹਿਰੀ 'ਚ ਇਸ ਗੱਲ ਨੂੰ ਲੈ ਕੇ ਨਾ ਜਾਵੇ, ਲੇਕਿਨ ਇਹਦੇ ਨਾਲ ਬੀਜੇਪੀ ਨੂੰ ਰਾਜਨੀਤਿਕ ਤੌਰ 'ਤੇ ਨੁਕਸਾਨ ਹੁੰਦਾ ਰਹੂਗਾ। ਡੱਲਾ ਜੀ, ਇੱਕ ਗੱਲ ਹੋਰ ਹੈ, ਜਿਹੜੀ ਇਹ ਹਾਰ ਹੋਈ ਹੈ ਉਸ ਤੋਂ ਬਾਅਦ ਤੁਰੰਤ ਅਮਿਤ ਸ਼ਾਹ ਦਾ ਇੱਕ ਬਿਆਨ ਆਇਆ ਜਿਹਦੇ 'ਚ ਉਹਨੇ ਕਿਹਾ ਕਿ ਭਾਵੇਂ ਅਸੀਂ ਕਰਨਾਟਕ ਵਿਧਾਨ ਸਭਾ ਹਾਰ ਗਏ ਹਾਂ, ਲੇਕਿਨ ਅਸੀਂ 2019 ਦੀ ਲੋਕ ਸਭਾ 'ਚ ਜਿੱਤ ਜ਼ਰੂਰ ਹਾਸਲ ਕਰਾਂਗੇ। ਇਹਦੇ ਬਾਰੇ ਤੁਹਾਡਾ ਕੀ? ਦੇਖੋ, ਇਹ ਬਿਆਨ ਦੇਣਾ ਇਸ ਲਈ ਜ਼ਰੂਰੀ ਸੀ ਅਮਿਤ ਸ਼ਾਹ ਲਈ, ਤਾਂ ਕਿ ਬੀਜੇਪੀ ਦੇ ਵਰਕਰ ਡੀਮੋਰਲਾਈਜ਼ ਨਾ ਹੋਣ। ਅੱਜ ਕਾਂਗਰਸ 2 ਦਿਨਾਂ ਦੀ ਥਾਂ ਥਾਂ 'ਤੇ ਪ੍ਰੋਟੈਸਟ ਕਰ ਰਹੀ ਸੀ, ਨਰਿੰਦਰ ਮੋਦੀ ਸਾਹਿਬ ਦੇ ਪੁਤਲੇ 4.25 ਸਾਲ 'ਚ ਨਹੀਂ ਇੰਨੇ ਫੁੱਕੇ, ਅੱਜ ਇੰਨੇ 2 ਦਿਨਾਂ 'ਚ ਫੁੱਕ ਗਏ। ਅੱਜ ਹਾਲਾਂਕਿ ਸਰਕਾਰ ਬਣ ਗਈ ਹੈ ਕਾਂਗਰਸ ਦੀ, ਲੇਕਿਨ ਹਜੇ ਵੀ ਜਿਹੜੇ ਕਾਂਗਰਸੀ ਆ ਉਹ ਗੁੱਸੇ 'ਚ ਮੋਦੀ ਸਾਹਿਬ ਅਤੇ ਅਮਿਤ ਸ਼ਾਹ ਦੇ ਪੁਤਲੇ ਫੁੱਕੀ ਜਾਂਦੇ ਨੇ। ਇਸੇ ਕਰਕੇ ਅਮਿਤ ਸ਼ਾਹ ਨੂੰ ਇਹ ਬਿਆਨ ਦੇਣਾ ਪਿਆ ਕਿ ਸਾਡੇ ਵਰਕਰ ਪੂਰੇ ਮੁਲਕ ਦੇ ਵਿੱਚ ਡੀਮੋਰਲਾਈਜ਼ ਨਾ ਹੋਣ, ਔਰ ਜਿਹੜੇ ਭਾਜਪਾ ਦੇ ਵਰਕਰ ਨੇ ਉਹਨਾਂ ਦੇ ਵਿੱਚ ਹੌਸਲਾ ਬਣਿਆ ਰਹੇ ਕਿ ਅਸੀਂ ਨਾਲ ਖੜ੍ਹੇ ਹਾਂ, ਅਸੀਂ 2019 ਦੀਆਂ ਚੋਣਾਂ ਜਿੱਤਾਂਗੇ। ਪਰ ਅੱਜ ਕਰਨਾਟਕਾ ਦੇ ਨਤੀਜਿਆਂ ਨੇ 2019 ਦੀਆਂ ਚੋਣਾਂ ਦਾ ਜਿਹੜਾ ਮੁਕਾਬਲਾ, ਜਿਵੇਂ 50-50 ਮੈਚ ਹੁੰਦੇ ਹੈ, ਸੋ 50-50% ਦੇ ਉੱਤੇ ਸਥਿਤੀਆਂ ਲਿਆਤੀਆਂ। ਅੱਜ ਨਾ ਬੀਜੇਪੀ ਜਿੱਤ ਰਹੀ ਹੈ ਨਾ ਕਾਂਗਰਸ ਜਿੱਤ ਰਹੀ ਹੈ, ਭਾਵ ਹੁਣ ਸਖ਼ਤ ਮੁਕਾਬਲਾ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ 'ਚ ਹੋਣਾ। ਔਰ ਮੌਰੀਆ ਸਾਹਿਬ, ਇਹ ਬੜਾ ਜ਼ਰੂਰੀ ਹੈ ਲੋਕਤੰਤਰ ਲਈ, ਜੇ ਕਿਸੇ ਇੱਕ ਪੋਲੀਟੀਕਲ ਪਾਰਟੀ ਵਿਸ਼ੇਸ਼ ਨੂੰ ਲੱਗੇ ਕਿ ਮੇਰੀ ਬੜੀ ਆਸਾਨੀ ਨਾਲ ਸਰਕਾਰ ਬਣ ਜਾਣੀ ਹੈ, ਮੇਰਾ ਤਾਂ ਕੋਈ ਵਿਰੋਧ ਹੀ ਹੈ ਨਹੀਂ, ਤਾਂ ਫਿਰ ਉਹ ਲੋਕਤੰਤਰ ਲਈ ਸਿਹਤਮੰਦ ਨਹੀਂ ਹੁੰਦਾ। ਔਰ ਮੈਂ ਸੁਪਰੀਮ ਕੋਰਟ ਦਾ ਜ਼ਿਕਰ ਖਾਸ ਤੌਰ 'ਤੇ ਕਰਨਾ ਚਾਹੂੰਗਾ। ਸਾਡੇ ਮੁਲਕ ਦੇ ਵਿੱਚ ਅਗਰ ਕੋਈ ਸਭ ਤੋਂ ਵੱਡੀ ਤਾਕਤ ਹੈ ਤਾਂ ਉਹ ਸਾਡੀਆਂ ਅਦਾਲਤਾਂ ਨੇ, ਕਿਉਂਕਿ ਜਦੋਂ ਲੀਡਰ ਵਿਗੜ ਜਾਂਦੇ ਨੇ ਅਤੇ ਫਿਰ ਦੇਸ਼ ਟੁੱਟ ਜਾਂਦੇ ਨੇ। ਸੋ ਸੁਪਰੀਮ ਕੋਰਟ ਨੇ ਲੀਡਰਾਂ ਨੂੰ ਵਿਗੜਨ ਤੋਂ ਪਹਿਲਾਂ ਹੀ ਰੋਕਿਆ, ਔਰ ਜਿਹੜੇ ਵਿਗੜੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਸਿੱਧਾ ਵੀ ਕੀਤਾ, ਔਰ ਸੁਪਰੀਮ ਕੋਰਟ ਦੇ ਫੈਸਲੇ ਨਾਲ ਹੀ ਕਰਨਾਟਕਾ ਦੇ ਵਿੱਚ ਸਮੇਂ ਸਿਰ ਬਹੁਮਤ ਪ੍ਰੀਖਣ ਹੋਇਆ, ਜਿਹਦੇ ਕਰਕੇ ਅੱਜ ਉੱਥੇ ਕਾਂਗਰਸ ਦੀ ਸਰਕਾਰ ਬਣੀ ਹੈ। ਸਰਕਾਰ ਭਾਵੇਂ ਬੀਜੇਪੀ ਦੀ ਬਣ ਜਾਂਦੀ, ਪਰ ਸੁਪਰੀਮ ਕੋਰਟ ਦੇ ਦਖਲ ਨਾਲ ਸਹੀ ਨੂੰ ਸਹੀ ਕਰਨ ਦੇ ਲਈ ਸਾਰੇ ਲੋਕ ਮਜਬੂਰ ਹੋਏ, ਔਰ ਗਵਰਨਰ ਸਾਹਿਬ ਨੂੰ ਵੀ ਨਿਯਮਾਂ ਦੇ ਤਹਿਤ ਉੱਥੇ ਹੁਣ ਕੰਮ ਕਰਨਾ ਪਿਆ, ਅਤੇ ਅੱਗੇ ਵੀ ਜੇ ਉਹ ਕੰਮ ਕਰਨ, ਬੜੀ ਚੰਗੀ ਗੱਲ ਹੈ। ਡੱਲਾ ਸਾਹਿਬ, ਆਖਰੀ ਸਵਾਲ ਇੱਕ ਤੁਹਾਡੇ ਨਾਲ, ਕਿ ਜਿਸ ਤਰ੍ਹਾਂ ਕਰਨਾਟਕਾ ਦੇ ਵਿੱਚ ਬੀਜੇਪੀ ਦੀ ਹਾਰ ਹੋਈ ਹੈ, ਉਸ ਤੋਂ ਬਾਅਦ ਹੁਣ ਗੋਆ, ਮਣੀਪੁਰ ਦੇ ਵਿੱਚ ਜਿਸ ਤਰ੍ਹਾਂ ਉੱਥੇ ਬਿਹਾਰ ਦੇ ਵਿੱਚ ਵੀ ਇੱਕ ਆਵਾਜ਼ ਉੱਠੀ ਹੈ ਕਿ ਉੱਥੇ ਸਭ ਤੋਂ ਵੱਡੇ ਜਿਹੜੇ ਦਲ ਨੇ ਉਹਨਾਂ ਨੂੰ ਨਿਯੁਕਤਾ ਦਿੱਤਾ ਜਾਵੇ ਸਰਕਾਰ ਬਣਾਉਣ ਲਈ, ਹੁਣ ਉੱਥੇ ਕਿਸ ਤਰ੍ਹਾਂ ਦਾ ਇੱਕ ਪੋਲੀਟੀਕਲ ਸਿਨੈਰੀਓ ਸਾਹਮਣੇ ਆਏਗਾ? ਦੇਖੋ, ਤੇਜਸਵੀ ਯਾਦਵ ਦੀ ਅਗਵਾਈ ਦੇ ਵਿੱਚ ਇੱਕ ਮੈਮੋਰੈਂਡਮ ਦਿੱਤਾ ਗਿਆ ਹੈ ਬਿਹਾਰ ਦੇ ਗਵਰਨਰ ਨੂੰ। ਇਸੇ ਤਰ੍ਹਾਂ ਗੋਆ, ਮਣੀਪੁਰ ਦੀ ਜਿਹੜੀ ਗੱਲ ਹੋ ਰਹੀ ਹੈ, ਉਸ ਤੋਂ ਪਹਿਲਾਂ ਮੈਂ ਇਹ ਦੱਸ ਦੇਵਾਂ ਕਿ ਯੈਦੂਯੁਰੱਪਾ ਨੂੰ ਜਿਹੜਾ ਸੱਦਿਆ ਗਿਆ ਸੀਗਾ ਸਰਕਾਰ ਬਣਾਉਣ ਦੇ ਲਈ, ਸੁਪਰੀਮ ਕੋਰਟ ਨੇ ਗਵਰਨਰ ਸਾਹਿਬ ਦੇ ਉਸ ਫੈਸਲੇ 'ਤੇ ਹਜੇ ਸੁਣਵਾਈ ਕਰਨੀ ਹੈ। 10 ਹਫ਼ਤਿਆਂ ਬਾਅਦ ਦਾ ਸਮਾਂ ਦਿੱਤਾ ਸੀ, ਉਹਦੇ 'ਤੇ ਸੁਣਵਾਈ ਹੋਣੀ ਹੈ ਕਿ ਕੀ ਗਵਰਨਰ ਨੂੰ, ਗਵਰਨਰ ਦਾ ਯੈਦੂਯੁਰੱਪਾ ਨੂੰ ਬੁਲਾਉਣਾ ਸਹੀ ਸੀ। ਉਹਦੇ ਉੱਪਰ ਹਜੇ ਵੀ ਸੁਪਰੀਮ ਕੋਰਟ ਦਾ ਫੈਸਲਾ ਪੈਂਡਿੰਗ ਹੈ, 10 ਹਫ਼ਤੇ ਦਾ ਵਕਤ ਹੈ ਸੁਣਵਾਈ ਦਾ। ਮੈਨੂੰ ਲੱਗਦਾ ਸੁਪਰੀਮ ਕੋਰਟ ਇਸ ਪੂਰੇ ਮਾਮਲੇ ਨੂੰ ਸੰਵਿਧਾਨਕ ਬੈਂਚ ਨੂੰ ਭੇਜੇਗਾ। ਸੰਵਿਧਾਨਕ ਬੈਂਚ ਦੇ ਵਿੱਚ ਜੱਜਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ, ਔਰ ਉਹ ਜਿਹੜਾ ਸੰਵਿਧਾਨਕ ਬੈਂਚ ਦਾ ਫੈਸਲਾ ਹੁੰਦਾ ਉਹ ਕਾਨੂੰਨੀ ਰੂਪ ਦੇ ਵਿੱਚ ਹਰ ਕਿਤੇ ਸਾਡੇ ਸੰਵਿਧਾਨ ਦੇ ਮੁਤਾਬਕ ਮੰਨਣਯੋਗ ਹੁੰਦਾ, ਉਸ ਫੈਸਲੇ ਨੂੰ ਕੋਈ ਇਨਕਾਰ ਨਹੀਂ ਕਰ ਸਕਦਾ, ਔਰ ਸੰਵਿਧਾਨਕ ਬੈਂਚ ਦੇ ਫੈਸਲੇ ਤੋਂ ਬਾਅਦ ਅਗਲੀ ਪਰੰਪਰਾ ਉਸਦੇ ਰੈਫਰੈਂਸ ਤੋਂ ਚੱਲੇਗੀ। ਸੋ ਹੁਣ ਸੁਪਰੀਮ ਕੋਰਟ ਨੇ ਇਸ ਕੇਸ ਤੋਂ ਬਾਅਦ, ਯੈਦੂਯੁਰੱਪਾ ਦੇ ਮਾਮਲੇ ਤੋਂ ਬਾਅਦ, ਇਹ ਤੈਅ ਕਰਨਾ ਕਿ ਕੀ ਸਾਡੇ ਮੁਲਕ 'ਚ ਗਵਰਨਰ ਹੈ ਜਿਹੜਾ ਸਭ ਤੋਂ ਵੱਧ ਸੀਟਾਂ ਵਾਲੀ ਪਾਰਟੀ ਨੂੰ ਪਹਿਲਾਂ ਸੱਦੂਗਾ, ਜਾਂ ਚੋਣਾਂ ਤੋਂ ਪਹਿਲਾਂ ਦੇ ਗਠਬੰਧਨ ਨੂੰ ਸੱਦਿਆ ਜਾਇਆ ਕਰੂਗਾ, ਜਾਂ ਚੋਣਾਂ ਤੋਂ ਬਾਅਦ ਵੀ ਜੇ ਕੋਈ ਗਠਬੰਧਨ ਬਣਦਾ, ਜਿਵੇਂ JDS ਅਤੇ ਕਾਂਗਰਸ ਦਾ ਬਣਿਆ ਸੀ, ਅਤੇ ਉਹਨਾਂ ਕੋਲ ਬਹੁਮਤ ਹੈ ਕਿ ਉਹਨਾਂ ਨੂੰ ਪਹਿਲਾਂ ਸੱਦਣਾ ਜ਼ਰੂਰੀ ਹੈ। ਸੋ ਹੁਣ ਸਪਸ਼ਟਤਾ
ਗਵਰਨਰਾਂ ਦੇ ਅਧਿਕਾਰਾਂ ਦੇ ਵਰਤਣ ਦੀ ਦਿਸ਼ਾ ਦੇ ਵਿੱਚ ਵੀ ਸੁਪਰੀਮ ਕੋਰਟ ਮੈਨੂੰ ਲੱਗਦਾ ਤੈਅ ਕਰੂਗੀ, ਜਿਹਦੇ ਨਾਲ ਆਉਣ ਵਾਲੇ ਸਮੇਂ 'ਚ ਕੰਮ ਹੈ ਜਿਹੜਾ ਕਾਫੀ ਜ਼ਿਆਦਾ ਸੁਖਾਲਾ ਹੋ ਸਕਦਾ। ਖਬਰ ਪੜਤਾਲ ਵਿੱਚ ਅੱਜ ਇੰਨਾ ਹੀ, ਕੱਲ੍ਹ ਅਸੀਂ ਹੋਰ ਖਬਰਾਂ ਅਤੇ ਮੁੱਦਿਆਂ 'ਤੇ ਗੱਲ ਕਰਾਂਗੇ। ਤਦ ਤੱਕ ਸਾਨੂੰ ਇਜਾਜ਼ਤ ਦਿਓ, ਧੰਨਵਾਦ।